ਮੋਟੇ ਭਾਈ ਇਸ ਲਈ ਲਾਇਆ ਕੋਈ ਸਾਡੀ ਪਛਾਣ ਨਾ ਕਰ ਸਕੇ। ਆਪਾਂ ਬਾਜ਼ਾਰ 'ਚ ਸ਼ੋਅ ਆਫ ਨਹੀਂ ਕਰਨਾ ਚਾਹੁੰਦੇ ਕਿ ਆਪਾਂ ਸੇਵਾ ਕਰ ਰਹੇ ਹਾਂ, ਇਸ ਕਰਕੇ ਮਖੋਟੇ ਪਾਏ ਆਪਾਂ। ਇਹ ਸਰ ਵੈਸੇ ਜਿਹੜੇ ਬੰਦੇ ਨਸ਼ੇ ਦੀ ਗਲਤ 'ਚ ਫਸੇ ਹੋਏ ਨੇ ਜਾਂ ਕੋਈ ਵੀ ਮਤਲਬ ਕਿਸੇ ਨੂੰ ਲੋੜ ਆ ਜਾਂ ਲੋੜਵੰਦ ਬੰਦੇ ਨੂੰ ਆ, ਉਹਨਾਂ ਦਾ ਮਤਲਬ ਭਲਾ ਕਰੀਦਾ। ਸੋਸ਼ਲ ਮੀਡੀਆ ਦੇ ਇਸ ਦੌਰ 'ਚ ਜਦੋਂ ਕੁਝ ਲੋਕ ਮਸ਼ਹੂਰ ਹੋਣ ਲਈ ਕਾਫੀ ਕੁਝ ਕਰਦੇ ਨੇ, ਉੱਥੇ ਹੀ ਕੁਝ ਅਜਿਹੇ ਲੋਕ ਵੀ ਨੇ ਜੋ ਲੋਕਾਂ ਦੀ ਮਦਦ ਤਾਂ ਕਰਦੇ ਨੇ ਪਰ ਖੁਦ ਕੈਮਰੇ ਦੇ ਸਾਹਮਣੇ ਤੱਕ ਵੀ ਨਹੀਂ ਆਉਣਾ ਚਾਹੁੰਦੇ। ਬਟਾਲਾ ਦੇ ਰਹਿਣ ਵਾਲੇ ਕੁਝ ਨੌਜਵਾਨ ਅਜਿਹਾ ਹੀ ਕਰ ਰਹੇ ਨੇ। ਜੀ ਹਾਂ, ਇਹ ਕੋਈ ਫਿਲਮ ਜਾਂ ਵੈਬ ਸੀਰੀਜ਼ ਦਾ ਸੀਨ ਨਹੀਂ ਅਤੇ ਨਾ ਹੀ ਇਹ ਨੌਜਵਾਨ ਕੋਈ ਅਦਾਕਾਰ ਨੇ, ਸਗੋਂ ਇਹ ਨੌਜਵਾਨ ਬਟਾਲਾ 'ਚ ਗਰੀਬਾਂ ਨੂੰ ਠੰਡ ਤੋਂ ਬਚਾਉਣ ਲਈ ਬੂਟ, ਜਰਾਬਾਂ ਅਤੇ ਹੋਰ ਸਮਾਨ ਵੰਡਣ ਦੀ ਸੇਵਾ ਕਰ ਰਹੇ ਨੇ। ਇਹ ਨੌਜਵਾਨ ਕਿਸੇ ਨੂੰ ਵੀ ਆਪਣੀ ਪਹਿਚਾਣ ਨਹੀਂ ਦੱਸਣਾ ਚਾਹੁੰਦੇ, ਜਿਸ ਕਾਰਨ ਉਹਨਾਂ ਨੇ ਮੂੰਹ 'ਤੇ ਮਖੌਟੇ ਪਾਉਣ ਦਾ ਫੈਸਲਾ ਕੀਤਾ ਹੈ। ਮਖੌਟੇ ਭਾਈ ਇਸ ਲਈ ਲਾਇਆ ਕੋਈ ਸਾਡੀ ਪਛਾਣ ਨਾ ਕਰ ਸਕੇ। ਆਪਾਂ ਬਾਜ਼ਾਰ 'ਚ ਸ਼ੋਅ ਆਫ ਨਹੀਂ ਕਰਨਾ ਚਾਹੁੰਦੇ ਕਿ ਆਪਾਂ ਸੇਵਾ ਕਰ ਰਹੇ ਹਾਂ, ਇਸ ਕਰਕੇ ਮਖੌਟੇ ਪਾਏ ਆਪਾਂ। ਸ਼ੂਜ਼ ਦਿੱਤੇ ਜਾਂਦੇ, ਜਰਾਬਾਂ ਦਿੱਤੀਆਂ ਜਾਂਦੀਆਂ, ਗਰਮ ਬੱਚਿਆਂ ਨੂੰ ਦਿੱਤੇ ਜਾਂਦੇ ਸ਼ੂਜ਼। ਹਾਂਜੀ ਹਾਂਜੀ ਭਾਈ, ਪੂਰੇ ਲਾਭ ਲੱਭੀਦਾ ਜੀ, ਜਿੱਥੇ ਸਾਨੂੰ ਪਤਾ ਹੁੰਦਾ ਕਿ ਇੱਥੇ ਬੰਦੇ ਨੂੰ ਲੋੜ ਆ, ਫਿਰ ਉੱਥੇ ਆਪ ਜਾਈਦਾ ਅਤੇ ਜਿਵੇਂ ਆਪਾਂ ਵੇਖ ਲੈਂਦੇ ਹਾਂ ਕਿੱਥੇ ਜ਼ਿਆਦਾ ਲੋੜ ਆ, ਕਿੱਥੇ ਭੀੜ ਆ, ਫਿਰ ਉਸ ਹਿਸਾਬ ਨਾਲ ਸ਼ੂਜ਼ ਦਿੰਦੇ, ਜਰਾਬਾਂ ਦਿੰਦੇ ਲੋੜਵੰਦ ਨੂੰ, ਫਿਰ ਕਿੰਨੀਆਂ ਕੁ ਅਸੀਸਾਂ ਦਿੰਦੇ ਨੇ ਤੁਹਾਨੂੰ? ਬਹੁਤ 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 ਭਾਈ, ਪਰਮਾਤਮਾ ਕਹਿੰਦੇ ਕਿ ਤੁਹਾਨੂੰ ਮਿਹਰ ਕਰੇ, ਬੜੇ ਅਸੀਸਾਂ ਦਿੰਦੇ। ਸਾਰੇ ਨਾਲ ਸੇਵਾ ਲਾਈ, ਡਿਊਟੀ ਲੱਗੀ ਸਾਡੀ ਪਰਮਾਤਮਾ ਵੱਲੋਂ, ਭਾਜੀ ਵੱਲੋਂ, ਤੇ ਕਰ ਰਹੇ ਆਪਾਂ। 7-8 ਨੌਜਵਾਨਾਂ ਦਾ ਟੋਲਾ ਦੇਰ ਰਾਤ ਸੜਕਾਂ ਤੇ ਨਿਕਲਦਾ ਹੈ ਅਤੇ ਲੱਭ ਲੱਭ ਕੇ ਲੋੜਵੰਦਾਂ ਨੂੰ ਉਹਨਾਂ ਦੀ ਜ਼ਰੂਰਤ ਦਾ ਸਮਾਨ ਮੁਹੱਈਆ ਕਰਵਾਉਂਦਾ ਹੈ। ਇਹੋ ਨਹੀਂ, ਜੇ ਕੋਈ ਨਸ਼ੇ ਦਾਤੀ ਇਹਨਾਂ ਨੌਜਵਾਨਾਂ ਨੂੰ ਮਿਲਦਾ ਹੈ ਤਾਂ ਉਸ ਦੀ ਕਾਉਂਸਲਿੰਗ ਵੀ ਕੀਤੀ ਜਾਂਦੀ ਹੈ। ਇਹ ਸਰ ਵੈਸੇ ਜਿਹੜੇ ਬੰਦੇ ਨਸ਼ੇ ਦੀ ਗਲਤ 'ਚ ਫਸੇ ਹੋਏ ਨੇ ਜਾਂ ਕੋਈ ਵੀ ਮਤਲਬ ਕਿਸੇ ਨੂੰ ਲੋੜ ਆ ਜਾਂ ਲੋੜਵੰਦ ਬੰਦੇ ਨੂੰ ਆ, ਉਹਨਾਂ ਦਾ ਮਤਲਬ ਭਲਾ ਕਰੀਦਾ। ਵੀ ਕਰਨਾ ਜਿਹੜੇ ਗਰੀਬ ਮਤਲਬ ਆ, ਸਾਨੂੰ ਪਰਮਾਤਮਾ ਨੇ ਸੇਵਾ ਬਖਸ਼ੀ ਆ, ਅਸੀਂ ਸੇਵਾ ਕਰਦੇ ਹਾਂ ਕਿ ਬੂਟ ਜਰਾਬਾਂ ਸਾਡੇ ਮਨ 'ਚ ਆਇਆ ਕਿ ਨਹੀਂ ਆ, ਠੰਡ ਬਹੁਤ ਆ, ਠੰਡ ਪੈਣ ਦੀ ਹੈ, ਅਤੇ ਜਿਹੜਾ ਗਰੀਬ ਬੰਦਿਆਂ ਨੂੰ ਜਿਹੜੇ ਆ ਮਤਲਬ ਬੱਚੇ ਆ ਜਾਂ ਕੋਈ ਵੀ ਮਿਲਦਾ ਉਹਨਾਂ ਨੂੰ ਅਸੀਂ ਦੇਈਦੇ ਆ। ਉਦੋਂ ਦੀ ਭਾਅ ਜੀ ਠੰਡ ਪੈਣੀ ਸ਼ੁਰੂ ਹੋਈ ਨਾ ਬਹੁਤ ਜ਼ਿਆਦਾ, ਉਦੋਂ ਤੋਂ ਸ਼ੁਰੂ ਕੀਤਾ ਅਸੀਂ। ਅਸੀਂ ਜਰਾਬਾਂ, ਬੂਟ, ਇਹੋ ਛੋਟੇ ਬੱਚਿਆਂ ਨੂੰ ਬੂਟ ਜਾਂ ਉਹਨਾਂ ਦੇ ਛੋਟੇ ਬੱਚਿਆਂ ਦੇ ਬੂਟ, ਨਹੀਂ ਨਹੀਂ ਸ਼ਹਿਰ ਦੇ ਵੱਖ ਵੱਖ ਏਰੀਏ 'ਚ, ਅੱਜ ਇੱਥੇ ਆ, ਕੱਲ੍ਹ ਕਿਤੇ ਆ, ਕੱਲ੍ਹ ਕਿਤੇ ਆ, ਤਾਂ ਲੱਭ ਲੱਭ ਕੇ ਮਤਲਬ ਕਰੀ ਦੀ ਆ ਮਹਿੰਗੇ ਬੂਟ ਪਾਉਂਦੇ ਆ, ਤੇ ਸਾਡੇ ਮਨ ਚ ਇਹਨਾਂ ਨੇ ਮਹਿੰਗੇ ਪਾ ਕੇ ਵੀ ਤੇ ਕੰਮ ਤੇ ਫੇਰ ਬੂਟਾਂ ਦਾ ਉਹੀ ਆ, ਤੇ ਇਹਦੇ ਨਾਲ ਚੰਗਾ ਕਿ ਜਿਹੜੇ ਅਸੀਂ ਥੋੜੇ ਸਸਤੇ ਲੈ ਲਈਏ ਤੇ ਲੈ ਕੇ ਤੇ ਜਿਹੜੇ ਬੂਟ ਅਸੀਂ ਉਹ ਥੋੜੇ ਪੈਸੇ ਉਧਰ ਲਾ ਦਈਏ, ਉਹਨਾਂ ਦੇ ਬੂਟ ਲਿਆ ਕੇ ਉਹਨਾਂ ਨੂੰ ਦੇ ਦਈਏ। ਜਿਹੜੀ ਸਾਡੀ ਪਹਿਚਾਣ ਆ, ਜਿੱਦਾਂ ਅਸੀਂ ਸ਼ਹਿਰ ਦੇ ਵਿੱਚ ਲੋਕਲ ਘੁੰਮ ਸਕਦੇ ਹਾਂ, ਮੁੜ ਕੇ ਮਤਲਬ ਸਾਡਾ ਪਾਉਂਦਾ ਰਾਜ ਆ,
ਤੇ ਮਤਲਬ ਸਾਡਾ ਪਤਾ ਨਾ ਲੱਗੇ ਕਿ ਮੁੰਡੇ ਕਿਹੜੇ ਸੀ, ਕੌਣ ਆ, ਕਿੱਥੋਂ ਦੇ ਆ। ਇਹਨਾਂ ਨੌਜਵਾਨਾਂ ਵੱਲੋਂ ਲਵ ਕੁਸ਼ ਸੋਸਾਇਟੀ ਨਾਂ ਦੀ ਇੱਕ ਸੰਸਥਾ ਬਣਾਈ ਗਈ ਹੈ ਅਤੇ ਇਸ ਦੇ ਜ਼ਰੀਏ ਹੀ ਆਪਸ ਵਿੱਚ ਸਹਿਯੋਗ ਕਰਕੇ ਇਹ ਨੌਜਵਾਨ ਲੋਕਾਂ ਦੀ ਜ਼ਰੂਰਤ ਦਾ ਸਮਾਨ ਖਰੀਦਦੇ ਨੇ ਅਤੇ ਜ਼ਰੂਰਤਮੰਦਾਂ ਨੂੰ ਵੰਡ ਦਿੰਦੇ ਨੇ। ਕਹਿੰਦੇ ਨੇ ਕਿ ਦਾਨ ਅਜਿਹਾ ਕਰੋ ਕਿ ਇੱਕ ਹੱਥ ਨਾਲ ਦਾਨ ਹੋਵੇ ਅਤੇ ਦੂਜੇ ਨੂੰ ਪਤਾ ਵੀ ਨਾ ਲੱਗੇ। ਸ਼ਾਇਦ ਇਹਨਾਂ ਨੌਜਵਾਨਾਂ ਦਾ ਮਕਸਦ ਵੀ ਸਿਰਫ ਇੰਨਾ ਹੀ ਹੈ। ਗੁਰਦਾਸਪੁਰ ਤੋਂ ਰੋਹਿਤ ਗੁਪਤਾ, ਸੈਂਟਰਲ ਪੰਜਾਬ ਟੀਵੀ।